ਕੀ ਹਾਲ ਨੇ ਮਿੱਤਰੋ? ਅੱਜ ਆਪਾਂ ਜਾ ਰਹੇ ਹਾਂ, ਕਿੱਥੇ ਜਾ ਰਹੇ ਭਾਅ ਜੀ? ਸਤਸੰਗਮ 22 ਸੈਕਟਰ ਚੰਡੀਗੜ੍ਹ ਜਾ ਰਹੇ ਹਾਂ ਆਪਾਂ। ਡਬਿੰਗ ਕਰਨੀ ਹੈ ਅੱਜ ਆਪਾਂ, ਪ੍ਰਭ ਜਸ ਬਾਈ ਦਾ ਗਾਣਾ, ਉਹਦੇ ਵਿੱਚ ਫੂਡ ਕਰਨੀ ਹੈ ਅਤੇ ਉਸ ਤੋਂ ਬਾਅਦ ਮੈਂ ਗਾਣਾ ਡੱਬ ਕਰਨਾ। ਤੁਸੀਂ ਵੀ ਕਹਿੰਦੇ ਹੋਵੋਗੇ ਵੀ ਬਾਈ ਗਾਣੇ ਗੁਣੇ ਖਾਸੇ ਡੱਬ ਕਰਦਾ ਤਾਂ ਆ ਨਹੀਂ ਰਹੇ, ਫਿਰ ਉਹ ਬਹੁਤ ਹੀ ਟੇਢੀ ਲੈਣਾ ਥੋੜ੍ਹੀ ਜਿਹੀ ਆਰਨੇ ਦੇ ਕਹਿਣਾ, ਥੋੜ੍ਹਾ ਟਾਈਮ ਲੱਗ ਜਾਂਦਾ ਯਾਰ। ਕੰਪਨੀ ਕੰਪਨੀ ਨਾਲ ਜਦੋਂ ਕੰਮ ਕਰਦੇ ਆ ਨਾ, ਉਹਨਾਂ ਕੋਲ ਲਾਈਨਅਪ ਕਾਫੀ ਗਾਣੇ ਹੁੰਦੇ ਆ, ਉਸ ਐਡੀਟਿੰਗ ਵਾਲੇ ਕੰਮ ਟਾਈਮ ਲਾ ਆਉਂਦੇ ਆ, ਮਿਕਸਿੰਗ ਵਾਲੇ ਟਾਈਮ ਲਾ ਆਉਂਦੇ ਆ, ਸੋ ਕਰਦੇ ਗਾਉਂਦੇ ਦੇ ਪ੍ਰੋਜੈਕਟ ਕਾਫੀ ਲੇਟ ਹੋ ਜਾਂਦਾ। ਬਟ ਕੋਈ ਗੱਲ ਨਹੀਂ, ਆਪਾਂ ਖਿੱਚ ਕੇ ਜਿੰਨਾ ਜਲਦੀ ਹੋ ਸਕੇ ਆਪਾਂ ਰਿਲੀਜ਼ ਕਰਦੇ ਹਾਂ। ਸੋ ਵੀ ਆਰ ਗੋਇੰਗ ਟੂ ਸੈਕਟਰ 22 ਸੁਰ ਸੰਗਮ ਸਟੂਡੀਓ, ਨਾਲ ਮੇਰੇ ਰੱਬ ਧਾਲੀਵਾਲ ਮੁੰਡਾ ਬੰਬ ਜੱਟੀਏ, ਬੰਬ ਬੰਦਾ ਬਾਕੀ ਘੈਂਟ ਬੰਦਾ। ਅਸੀਂ ਫਨ ਸ਼ਨ ਕਾਫੀ ਕਰਦੇ ਹਾਂ ਬਾਈ ਨਾਲ, ਬਾਈ ਗੁੱਸਾ ਜਮ੍ਹਾਂ ਹੀ ਨਹੀਂ ਕਰਦਾ, ਚਾਹੇ ਕੁਛ ਵੀ ਬੋਲ ਦਿਓ ਤੁਸੀਂ, ਕੁਇੰਟਾਂ ਕੁਇੰਟਾਂ 'ਚ ਗਾਲਾਂ ਗੁਲਾਂ ਕੱਢ ਸਕਦੇ ਹੋ ਬਾਈ ਨੂੰ, ਦੇਖੋ ਜਮ੍ਹਾਂ ਨਹੀਂ ਗੁੱਸਾ ਕਰਦਾ। ਆਪਾਂ ਅੱਛੇ ਵਾਲਾ ਫਨ ਕਰਦੇ ਹਾਂ ਬਾਈ ਨੂੰ। ਸੋ ਇਹ ਲਾਈਨ ਹੀ ਇੱਦਾਂ ਦੀ ਹੈ ਦੋਸਤੋ, ਮਿਊਜ਼ਿਕ ਜਿਹੜੀ ਇੰਡਸਟਰੀ ਦੇ ਵਿੱਚ ਜਦੋਂ ਬੰਦਾ ਕੰਮ ਕਰਦਾ ਤਾਂ ਟੈਨਸ਼ਨਸ ਅਤੇ ਸਟ੍ਰੈਸ ਬਣਿਆ ਰਹਿੰਦਾ ਗਾ, ਸੋ ਉਸ ਤੋਂ ਰਿਲੀਫ ਲੈਣ ਲਈ ਯੂਨੋ ਫੰਕਸ਼ਨ ਜ਼ਰੂਰੀ ਹੈ। ਤੁਹਾਡੇ ਦੋਸਤ ਅੱਛੇ ਹੋਣੇ ਚਾਹੀਦੇ ਆ ਨਾ, ਅੱਛੇ ਦੋਸਤ ਤੁਹਾਡੇ ਨਾਲ ਜੁੜੇ ਹੋਣੇ ਚਾਹੀਦੇ ਆ, ਜੋ ਸਾਨੂੰ ਸਟ੍ਰੈਸ ਤੋਂ ਫ੍ਰੀ ਕਰ ਸਕਣ। ਸੋ ਦੈਟਸ ਇਟ, ਮਿਲਦੇ ਹਾਂ ਤੁਹਾਨੂੰ ਸੁਰ ਸੰਗਮ ਸਟੂਡੀਓ, ਬਾਏ। ਚਾਹੀਦਾ ਕਿ ਤਾਂ ਜ਼ਿਆਦਾ ਬੋਲਣਾ ਨਹੀਂ ਚਾਹੀਦਾ, ਸਿੰਗਰ ਨੂੰ ਬੋਲਣਾ ਘੱਟ ਚਾਹੀਦਾ, ਠੀਕ ਹੈ। ਮੈਕਸੀਮਮ 3 or 4 ਆਵਰਸ ਤੱਕ ਤੁਸੀਂ ਉਦੋਂ ਪਹਿਲਾਂ ਮਤਲਬ ਚੁੱਪ ਰਹੋ, ਜ਼ਿਆਦਾ ਜੇ ਬੋਲਣਾ ਬਹੁਤ ਹੀ ਹੌਲੀ ਬੋਲੋ, ਠੀਕ ਹੈ। ਗਲੇ ਨੂੰ ਪ੍ਰੋਪਰ ਰੈਸਟ ਦਿਓ, ਕਿਉਂਕਿ ਉੱਥੇ ਜਾ ਕੇ ਤੁਹਾਡਾ ਗਲਾ ਜਿਹੜਾ ਕਾਫੀ ਯੂਜ਼ ਹੋਣ ਵਾਲਾ ਹੁੰਦਾ, ਹੈ ਨਾ। ਪਲੱਸ ਸੈਕਿੰਡ ਥਿੰਗ ਇਹ ਵੀ ਹੈ ਕਿ ਤੁਹਾਡਾ ਜੇ ਬਹੁਤ ਜ਼ਿਆਦਾ ਰਿਆਜ਼ ਹੈ ਉਸ ਤੋਂ ਪਹਿਲਾਂ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਹੈ ਨਾ। ਇਹ ਉਹਨਾਂ ਲਈ ਜੋ ਬਿਗਿਨਰਸ ਆ ਨਾ, ਜੋ ਨਵੇਂ ਨਵੇਂ ਜੇ ਗਾਉਣ ਲੱਗੇ ਆ, ਉਹਨਾਂ ਦੀ ਜਦੋਂ ਡਬਿੰਗ ਹੁੰਦੀ ਹੈ ਤਾਂ ਉਹਨਾਂ ਦੇ ਗਲੇ ਬਹਿ ਜਾਂਦੇ ਮੌਕੇ 'ਤੇ ਆ ਕੇ, ਨਾ ਉਹਨਾਂ ਲਈ ਹੈ। ਬਾਕੀ ਜੇ ਤੁਸੀਂ ਕੰਟੀਨਿਊ ਰਿਆਜ਼ ਕਰਦੇ ਆ ਰਹੇ ਹੋ ਤਾਂ ਕੋਈ ਇਸ਼ੂ ਨਹੀਂ ਗਾ, ਤੁਸੀਂ ਆਰਾਮ ਨਾਲ ਜੀ ਡਬਿੰਗ ਕਰ ਸਕਦੇ ਹੋ, ਹੈ ਨਾ। ਔਨ ਸੈਕਿੰਡ ਥਿੰਗ ਜਿਹੜੀ ਹੈਗੀ ਆ, ਤੁਸੀਂ ਜਦੋਂ ਡਬਿੰਗ ਕਰਨੀ ਹੈ ਉਦੋਂ ਵਾਰਮ ਵਾਟਰ ਜ਼ਰੂਰ ਕੋਲ ਰੱਖ ਲਿਓ, ਅਤੇ ਗਾਉਂਦੇ ਗਾਉਂਦੇ ਠੰਡਾ ਪਾਣੀ ਨਾ ਪੀਓ, ਨੋਰਮਲ ਵੀ ਨਾ ਪੀਓ, ਥੋੜ੍ਹਾ ਜਿਹਾ ਵਾਰਮ ਵਾਟਰ ਤੁਸੀਂ ਰੱਖ ਕੇ ਕੋਲ ਰੱਖਣਾ, ਜਿਹੜਾ ਕਿ ਜਦੋਂ ਤੁਸੀਂ ਗਾਉਣਾ ਦੇ ਵਿੱਚ ਵਿੱਚ ਉਹ ਤੁਸੀਂ ਉਹਨੂੰ ਪੀ ਸਕਦੇ ਹੋ ਸਿਰ ਚਿਪ ਕਰਕੇ, ਹੈ ਨਾ। ਇਹਦੇ ਨਾਲ ਤੁਹਾਡਾ ਜਿਹੜਾ ਗਲਾ ਉਹ ਥੋੜ੍ਹਾ ਜਿਹਾ ਵਾਰਮ ਰਹੂਗਾ ਅਤੇ ਤੁਹਾਡੇ ਜਿਹੜੇ ਨੋਟਸ ਹੈ ਉਹ ਅੱਛੇ ਆ ਸਕਦੇ ਆ। ਆਈ ਹੋਪ ਚਲੋ ਸਤਿ ਸ਼੍ਰੀ ਅਕਾਲ।